ਅਸ਼ੀਆ ਕਾਲ ਜੀ ਇਹ ਹੈ ਫਾਸਟ੍ਰੈਕ ਦੀ ਸਮਾਰਟਵਾਚ ਫਾਸਟ੍ਰੈਕ ਜੁਪੀਟਰ Pro ਕ੍ਰਾਊਨ ਇਹਦਾ ਵਰਕਿੰਗ ਚ ਦੇਖਣ ਨੂੰ ਮਿਲਦਾ ਹੈ ਤੇ 1.43 ਐਜ਼ ਅ 디ਸਪਲੇ ਸਾਈਜ਼ ਦੇਖਣ ਨੂੰ ਮਿਲਦੀ ਹੈ ਆਰਟੀਕਲ ਨੰਬਰ ਹੈ ਇਹਦਾ 38087 PP05 ਇੰਡੀਆ ਚ ਡਿਜ਼ਾਈਨ ਕੀਤੀ ਜਾਤੀ ਹੈ ਤੇ 5995 ਇਹਦਾ MRP ਹੈ ਤੇ ਸੇਲ ਪ੍ਰਾਈਸ ਹੈ ਇਹਦਾ 2995 ਜੁਪੀਟਰ Pro ਐਮਐਲਈ ਡਿਸਪਲੇ ਦੇ ਨਾਲ ਹੈ ਤੇ ਤੁਹਾਨੂੰ ਇਹਦਾ ਜਿਹੜਾ ਬਾਕਸ ਪੈਕਿੰਗ ਦੇਖਣ ਨੂੰ ਮਿਲਦਾ ਹੈ ਖੂਬਸੂਰਤ ਬਾਕਸ ਪੈਕਿੰਗ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਆਲਮੋਸਟ ਜਿਹੜੀ ਸਮਾਰਟਵਾਚ ਹੈ ਉਹ ਤੁਹਾਨੂੰ ਸਕੁਅਰ ਤੇ ਇੱਕ ਬਾਕਸ ਵਿੱਚ ਵੇਖਣ ਨੂੰ ਮਿਲਦੇ ਲੇਕਿਨ ਹੁਣ ਜਿਹੜੀ ਇਸ ਬਾਕਚਾ ਰਿਹਾ ਇਹ ਇਹਦਾ ਰੈਗੂਲਰ ਬਾਕਸ ਹੈ ਜਿਨੇ ਨਾਰਮਲ ਵਾਚੇਸ ਆਂਦੇ ਸੀ ਉਹ ਵੀ ਇਹ ਬਾਕਸ ਚ ਦੇਖਣ ਨੂੰ ਮਿਲਦੀ ਹੁਣ ਇਹਨਾਂ ਨੂੰ ਵੀ 스마트 ਵਾਚਾਂ ਨੂੰ ਵੀ ਇਹਦੇ ਚ ਐਡ ਕੀਤਾ ਗਿਆ ਤੇ ਜਾਨੇ ਹੁਣ ਅਸੀਂ ਵਾਚ ਦੇ ਉੱਪਰ ਡਿਸਪਲੇ ਤੋਂ ਯਾਰੀ ਦੇਖ ਸਕਦੇ ਹੋ ਤੁਹਾਨੂੰ ਇਤੋਂ ਦੀ ਕਵ ਦੇਖਣ ਨੂੰ ਮਿਲਦਾ ਜੋ ਕਿ ਇਹਦੀ ਲੁੱਕ ਨੂੰ ਚਾਰ ਚੰਨ ਲਾ ਦਿੰਦਾ ਨਾਲੇ ਸਾਈਡ ਤੇ ਇੱਕ ਬਟਨ ਦਿੱਤਾ ਗਿਆ ਪੁਸ਼ ਬਟਨ ਹੈ ਤੇ ਕਰਾਉਨ ਐਕਸਟਰਾ ਦਿੱਤਾ ਗਿਆ ਜੋ ਉੱਪਰ ਦੀ ਸਾਈਡ ਨੂੰ ਦੇਖਣ ਨੂੰ ਮਿਲ ਜਾਂਦਾ ਤੁਹਾਨੂੰ ਇਹਦੀ ਜੋ ਫਿਨਿਸ਼ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਕਦਮ ਬਿਲਕੁਲ ਯੂਨੀਕ ਜੀ ਕਲਰ ਫਿਨਿਸ਼ ਦੇਖਣ ਨੂੰ ਮਿਲ ਜਾਂਦੀ ਹੈ ਕਾਪਰ ਦੇ ਚੇ ਫਿਨਿਸ਼ ਦੇਖਣ ਨੂੰ ਮਿਲਦੇ ਆ ਨਾਲ ਹੀ ਇਹਦੇ ਨਾਲ ਮੈਚਿੰਗ ਸਟ੍ਰੈਪ ਦਿੱਤਾ ਗਿਆ ਜੋ ਕਿ ਸਕਿਨ ਕਲਰ ਦੇ ਵਿੱਚ ਤੁਹਾਨੂੰ ਮੈਚਿੰਗ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ ਸਟ੍ਰੈਪ ਦੀ ਕੁਆਲਿਟੀ ਵੀ ਅਗੇ ਨਾਲੋਂ ਕਾਫੀ ਸੁਪੀਰੀਅਰ ਕਰ ਦਿੱਤੀ ਗਈ ਹੈ ਤੇ ਸਟ੍ਰੈਪ 'ਚ ਤੁਹਾਨੂੰ ਡਿਜ਼ਾਈਨ ਦੇਖਣ ਨੂੰ ਮਿਲ ਜਾਂਦਾ ਹੈ ਲਾਈਨਿੰਗ ਵਾਲਾ ਜਿੱਸ ਤੋਂ ਜਿੱਤੋਂ ਦੀ ਦੇਖ ਵੀ ਸਕਦੇ ਹੋ ਫਾਸਟੈਗ ਲਿਖਿਆ ਵੀ ਦੇਖਣ ਨੂੰ ਮਿਲਦਾ ਦੋ ਲੂਪਸ ਐਡ ਆਨ ਕੀਤੇ ਗਏ ਆ ਬਲੈਕ ਕਲਰ ਦਾ ਇਹਦਾ ਲੂਪ ਬਕਲ ਦਿੱਤਾ ਗਿਆ ਜਿਸ ਤੇ ਫਾਸਟੈਗ ਦਾ ਲੋਗੋ ਵੀ ਦੇਖਣ ਨੂੰ ਮਿਲਦਾ 22mm ਦਾ ਇਹਦਾ ਸਟ੍ਰੈਪ ਦਾ ਸਾਈਜ਼ ਹੈ ਜੋ ਕਿ ਇਨ ਬਿਲਟ ਸਪੀਕਰ ਦੇ ਨਾਲ ਦੇਖਣ ਨੂੰ ਮਿਲਦਾ ਜਿਹੜੀ ਇਹਦੀ ਬੋਡੀ ਦੀ ਕੁਆਲਿਟੀ ਹੈ ਇਹ ਪਲਾਸਟਿਕ ਦੇ ਵਿੱਚ ਡਿਜ਼ਾਈਨ ਕੀਤੀ ਗਈ ਹੈ ਪਲਾਸਟਿਕ ਕੇਸ ਹੈ ਦਾ ਯਾਨੀ ਤੇ ਆਰਟੀਕਲ ਨੰਬਰ ਬੈਕਸਾਈਡ ਤੇ ਵੀ ਤੁਸੀਂ ਲਿਖਿਆ ਦੇਖ ਸਕਦੇ ਹੋ 38087 PP05 IP68 ਵਾਟਰ ਸਿਸਟੈਂਡ ਦੇ ਸਾਈਡ ਤੇ ਤੁਹਾਨੂੰ ਮਾਈਕ ਦਾ ਸਾਈਨ ਦੇਖਣ ਨੂੰ ਮਿਲਦਾ ਹੈ ਮੇਡ ਇਨ ਪੀਆਰ ਤੇ ਆ ਯੂਨੀਕ ਕੋਡ ਦੇਖਣ ਨੂੰ ਮਿਲ ਜਾਂਦਾ ਹੈ ਕਯੂਆਰ ਕੋਡ ਹੈ ਇੱਥੋਂ ਸਕੈਨ ਕਰਕੇ ਤੁਸੀਂ ਐਪਲੀਕੇਸ਼ਨ ਦਾ ਵੀ ਜਾਣ ਸਕਦੇ ਹੋ ਨਾਲ ਹੀ ਇੱਥੇ ਪਾਰਟ ਦੀ ਪੂਰੀ ਇਨਫੋਰਮੇਸ਼ਨ ਦੇਖਣ ਨੂੰ ਮਿਲਦੀ ਹੈ 2 ਪਿੰਨ ਪੁਆਇੰਟ ਦਿੱਤੇ ਗਏ ਜੋ ਕਿ ਚਾਰਜਿੰਗ ਲਈ ਹੈ ਤੇ ਦਾ ਸਾਈਡ ਤੇ ਦੋ ਸਪੀਕਰ ਦੇ ਪ ਇਤਨਾ ਜਿਹੜਾ ਚਾਰਜਰ ਦੇਖਣ ਨੂੰ ਮਿਲਦਾ ਹੈ ਮੈਗਨੈਟਿਕ ਚਾਰਜਰ ਹੈ ਰੈਗੂਲਰ ਚਾਰਜਰ ਹੈ ਤੁਹਾਨੂੰ ਕਈ ਵਾਚਸ ਵਿੱਚ ਵੀ ਸਿਮਿਲਰ ਚਾਰਜਰ ਦੇਖਣ ਨੂੰ ਮਿਲਦਾ ਹੈ ਅਗਲੇ ਪੁਆਇੰਟਸ ਵੀ ਦੇਖੋਗੇ ਤਾਂ ਬਿਲਕੁਲ ਬਾਰੀਕ ਵਾਲੇ ਪੁਆਇੰਟਸ ਦਿੱਤੇ ਗਏ ਜੋ ਕਿ ਆਲਮੋਸਟ ਤਕਰੀਬਨ ਵਾਚਾਂ ਵਿੱਚ ਤੁਹਾਨੂੰ ਇਹਲਾ ਪੁਆਇੰਟ ਦੇਖਣ ਨੂੰ ਮਿਲ ਜਾਂਦਾ ਹੈ ਹੁਣ ਕਰਦੇ ਹਾਂ ਅਸੀਂ ਵਾਚ ਨੂੰ ਓਨ ਆਪ ਬਟਨ ਨਾਲ ਤੁਸੀਂ ਵਾਚ ਨੂੰ ਓਨ ਕਰਨਾ ਹੈ ਤਦ ਤੋਂ ਪਹਿਲੇ ਤੁਹਾਨੂੰ ਇੱਥੇ QR ਕੋਡ ਸਕੈਨ ਕਰਨ ਦੀ ਆਪਸ਼ਨ ਦੇਖਣ ਨੂੰ ਮਿਲ ਜਾਂਦੀ ਹੈ ਸਕੈਨ ਟੂ ਪੇਅਰ ਤੇ ਅਸੀਂ ਕਰ ਲੈਂਦੇ ਹਾਂ ਉਹਨਾਂ ਨੂੰ ਪੇਅਰ ਤਾਂ ਕਿ ਅੱਗੇ ਜਾ ਤੀਏ ਅੱਗੇ ਫੀਚਰ ਨੂੰ ਜਾਣ क्यू आर कोड में स्कैन करा क्यू आर कोड स्कैन करते दे थानू देखने को मिल जाएगा एप्लीकेशन का लिंक लिंक क्लिक कर देना यू एप्लीकेशन से लैके जाएगा जो कि यदि एप्लीकेशन है फास्ट ट्रैक समार्ट वर्ड अगर रिफलैक्स वर्ड लिखे आता है हम समार्ट वर्ड लिखे आते नाम अगर तुम इसे सर्च भी करोगे तो रिफलैक्स वर्ड या समार्ट वर्ड दोनों ही लिखे आने मिलेंगे जिदा इतने भी सर्च रिफलैक्स रिफलैक्स वर्ड भी लिखा है तो तू एप्लीकेशन आएगी ਤੇ ਜੇ ਫਾਸਟੈਕ ਸਮਾਰਟਵਰਡ ਵੀ ਲਿਖਾਂਗੇ ਤਾਂ ਹੀ ਐਪਲੀਕੇਸ਼ਨ ਆਏਗੀ ਕਿ ਕਸਟਮਰ ਨੂੰ ਆਏ ਕਨਫਿਊਜ਼ਨ ਹੈ ਕਿ ਮੈਂ ਰਿਫਲੈਕਸ ਵਰਡ ਨਾਮ ਸਰਚ ਕਰਦਾ ਪਰ ਹੁੰਦਾ ਨਹੀਂ ਪਰ ਤੁਸੀਂ ਘਬਰਾਣਾ ਨਹੀਂ ਹੈ ਸਮਾਰਟਵਰਡ ਵੀ ਅਗਰ ਤੁਸੀਂ ਸਰਚ ਆਊਟ ਕਰਦੇ ਹੋ ਤਾਂ ਸੇਮ ਹੈ ਰਿਫਲੈਕਸ ਵਰਡ ਵੀ ਸਰਚ ਆਊਟ ਕਰਦੇ ਹੋ ਤਾਂ ਸਮਾਰਟਵਰਡ ਐਪਲੀਕੇਸ਼ਨ ਹੀ ਆਏਗੀ ਅਸੀਂ ਕਰ ਲਏ ਨਿਓਨ ਇਸ ਨੂੰ ਓਪਨ ਓਪਨ ਕਰਾਂਗੇ ਤਾਂ ਸਭ ਤੋਂ ਪਹਿਲੇ ਤੁਹਾਨੂੰ ਦੋ ਵਾਰ ਇਸਕਿਪ ਦੀ ਆਪਸ਼ਨ ਦੇਖਣ ਨੂੰ ਮਿਲੇਗੀ ਸਕਿਪ ਕਰ ਦਿਓ दैन आई हैव रीड एंड अक्सप्ट अक्सप्ट कर ले बैटरी ऑप्टिमाइजेशन डिसेबल करना जरूरी होता है ताकि से कॉलिंग दे जो कोई इशू ना तो अपना फोन नंबर ऐड करना कंटिन्यू करना ओटीपी डालना तो यू आर नो वेरीफाइड आ जाएगा दैन कैमरा परमिशन परमिट नोटिफिकेशन परमिशन परमिट ना नियर बाई डिवाइस य तीनों ही परमिशन जरूरी है इसत तो बाद करा अस क्यू आर कोड में स्कैन स्कैन करते थानू वॉच के उ कंफर्म टू पेयर आएगा यस कर देना ब्लू कलर का स्टिक होएगा पेयड सक्सैसफुली लिखा आ जाएगा अलो एक्सैस करके पेयड सक्सैसफुल तक पेयर से क्लिक देना वाइल यूजिंग द ऐप इस तो बात आएगा फोनवेयर अपडेट का फोनवेयर अपडेसन तो यू की करना है जरूरी है लेकिन असंता भी एंड दसा मेरे को टाइमिंग बहुत घट्ट है बैटरी बैकअप भी बहुत घट्ट है तो अं जाए वॉच के उत्ते ਲੋਕ ਦੇ ਫਸਟ ਲੁੱਕ 따 ਦੇ ਰੂਬਰੂ ਹੈ ਸਭ ਤੋਂ ਪਹਿਲੇ ਡਾਊਨ ਸਲਾਈਡ ਕਰਾਂਗੇ ਤਾਨੂੰ ਇੱਥੇ ਡਾਊਨ ਡਿਸਟੋਪ ਵਿੱਚ ਦੇਖਣ ਨੂੰ ਮਿਲਦਾ ਹੈ ਦੈਨ ਆਂਦਾ ਬ੍ਰਾਈਟਨੈਸ ਦਾ ਘੱਟ ਜਾਂਦਾ ਇੱਥੋਂ ਕਰ ਸਕਦੇ ਹੋ ਦੈਨ ਆਂਦਾ ਹੈ ਲੋ ਪਾਵਰ ਮੋਡ ਦਾ ਦੈਨ ਆਂਦਾ ਲਿਫਟ ਟੂ ਵਿਊ ਲਿਫਟ ਟੂ ਵਿਊ ਓਨ ਆਫ ਤੋਂ ਇੱਥੋਂ ਦੀ ਕਰ ਸਕਦੇ ਹੋ ਇਸ ਤੋਂ ਬਾਅਦ ਹੈ ਫੋਨ ਫੀਚਰ ਫੋਨ ਫੀਚਰ ਵਿੱਚ ਮੀਡੀਆ ਅਲੋ ਕਰਨਾ ਚਾਹੁੰਦੇ ਹੋ ਫੋਨ ਅਲੋ ਕਰਨਾ ਚਾਹੁੰਦੇ ਇੱਥੋਂ ਦੀ ਤੁਸੀਂ ਕਰ ਸਕਦੇ ਹੋ ਸੈਟਿੰਗਸ 'ਤੇ ਜਾਵਾਂਗੇ ਵਾਚ ਫੇਸਿਸ ਆ ਰਿਹਾ ਵਾਚ ਫੇਸਿਸ 'ਤੇ ਤੁਹਾਨੂੰ ਇੱਥੇ ਚਾਰ ਵਾਚ ਫੇਸਿਸ ਦੇਖਣ ਨੂੰ ਮਿਲਦੇ ਨੇ स्क्रीन टाइम आउट ਤੋਂ ਬਾਅਦ ਆਂਦਾ ਹੈ ਮੀਨੂਸ ਟਾਈਮ ਮੀਨੂ ਸਟਾਈਲ ਚ ਤੁਸੀਂ ਕਿਹੜਾ ਰੱਖਣਾ ਚਾਹੁੰਦੇ ਹੋ ਲਿਸਟ ਹੈ ਗ੍ਰਿਡ ਹੈ ਸਰਕੂਲਰ ਹੈ ਹਨੀਕਾਮ ਹੈ ਸਿੰਗਲ ਰੋ ਹੈ ਤੇ ਇਹ ਸਾਰੇ ਤੁਹਾਨੂੰ ਦੇਖਣ ਨੂੰ ਮਿਲਦੇ ਜਿਹੜਾ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਉੱਥੋਂ ਦੀ ਕਲਿਕ ਕਰ ਸਕਦੇ ਹੋ ਲਿਸਟ ਹੀ ਰੱਖਣਾ ਦਨ ਹਾਂਦਾ ਹੈ ਵਾਈਬ੍ਰੇਸ਼ਨ ਇੰਟੈਂਸਿਟੀ ਸੌਫਟ ਰੱਖਣੀ ਹੈ ਸਟਰੋਂਗ ਰੱਖਣੀ ਹੈ ਜਾਂ ਬੰਦ ਕਰਨੀ ਹੈ ਇਸ ਤੋਂ ਬਾਅਦ ਆਂਦਾ AOD ਫੀਚਰ AOD ਫੀਚਰ ਯਾਨੀ ਕਿ ਆਲਵੇਜ਼ ਓਨ ਡਿਸਪਲੇ ਫੀਚਰ ਹੈ ਇਹਨੂੰ ਤੁਸੀਂ ਡਿਸਟਰ ਰੱਖਣਾ ਚਾਹੁੰਦੇ ਹੋ ਤੇ ਉੱਥੋਂ ਡਿਸਟਰ ਸਿਲੈਕਟ ਕਰ ਲਓ ਬੰਦ ਰੱਖਣਾ ਚਾਹੁੰਦੇ ਹੋ ਬੰਦ ਰਹਿਣ ਦਿਓ मैं धोन कराँगा यस करता हूँ कि डिजिटल रखना एनालॉग रखना डिजिटल रखना एनालॉग रखना ज्ना रखना, और तो रख सकते हो यह बैटरी ज़्यादा कंज्यूम करता है ये बैटरी लाइफ जी एक डेढ़ दिन की रह जाती है साउंड सैटिंग जावे रिंगटोन है तो वाइब्रेशन है इस पर तो बाद फोन सैटिंग फोन सैटिंग मैं ऑलरेडू गाइड करता है इसत तो बाद क्यू आर कोड इतों की क्यू आर कोड भी स्कैन कर सकते हो इनकेस कनैक्ट कर लूसरे फोन में कनैक्ट करनी है तो ये स्कैन कर क्यू आर कोडना स्कैन कर सकते रूबरू है एनालॉग दुक ए फीचर ਕਾਫੀ ਅੱਛੇ ਲੁੱਕ ਦੇਖਣ ਨੂੰ ਮਿਲ ਜਾਂਦੇ ਇਸ ਤੋਂ ਬਾਅਦ ਆਨੇ ਆਸੇ ਪਾਵਰ ਆਫ ਫੀਚਰ ਚ ਪਾਵਰ ਆਫ ਇਥੋ ਦੀ ਕਰ ਸਕਦੇ ਆ ਬੰਦ ਕਰ ਸਕਦੇ ਆ ਯਾਨੀ ਰੀਸੈਟ ਹੈ ਵਾਚ ਨੂੰ ਅਗਰ ਕੋਈ ਕੰਪਨੀ ਫੈਕਟਰੀ ਸੈਟਿੰਗ ਚ ਕਨਵਰਟ ਕਰਨਾ ਹੈ ਤਾਂ ਜ਼ਿਆਦਾਤਰ ਆਂਦਾ ਹੈ ਕਿ ਜੇ ਤੁਹਾਨੂੰ ਕੋਈ ਟਰਬਲ ਸ਼ੂਟ ਚ ਪ੍ਰੋਬਲਮ ਜਾਂਦਾ ਵਾਚ ਚ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਉਹਨੂੰ ਟਰਬਲ ਸ਼ੂਟ ਕਰਨਾ ਇਥੋ ਦੀ ਕਰ ਸਕਦੇ ਹੋ ਮੈਂ ਹੁਣ ਇਹ ਉਹਦੀ ਫੀਚਰ ਸਿ ਡਿਜੀਟਲ ਨੂੰ ਸਿਲੈਕਟ ਕਰ ਲੈਣਾ ਦੈਨ ਅਬਾਊਟ ਚ ਅਬਾਊਟ ਚ ਤੁਸੀਂ ਵੇਖੋਗੇ ਸਭ ਤੋਂ ਪਹਿਲੇ ਆਂਦਾ ਬਲੂਟੂਥ ਨੇਮ MAC ਐਡਰੈਸ ਫਰਮਵੇਅਰ ਵਰਜ਼ਨ ਹੈ UI ਵਰਜ਼ਨ ਹੈ ਦ ਦੈਨ ਉਹਨਾਂ ਜਾਨੇ ਅਪ ਸਲਾਈਡ ਕਰਦੇ ਅਪ ਸਲਾਈਡ ਤੇ ਤੁਹਾਨੂੰ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਵੇਖਣ ਨੂੰ ਮਿਲਦਾ ਹੈ ਨੋ ਨੋਟੀਫਿਕੇਸ਼ਨ ਆ ਰਿਹਾ ਕੋਈ ਗੱਲ ਨਹੀਂ ਬੰਦ ਕਰ ਦਿੰਦੇ ਆ ਲੈਫਟ ਸਲਾਈਡ ਕੀਤਾ ਸਭ ਤੋਂ ਪਹਿਲੇ ਮਾਈ ਫਿਟਨੈਸ ਦੈਨ ਆਨ ਦਾ ਸਲੀਪਿੰਗ ਰਿਕਾਰਡ ਦੈਨ ਆਨ ਦਾ ਹਾਰਟ ਰੇਟ ਵੈਦਰ ਰਿਪੋਰਟ ਮਿਊਜ਼ਿਕ ਕੰਟਰੋਲਰ ਬਸ ਇਹ ਨਹੀਂ ਹੈ ਇਹਦੇ ਚ ਇਸ ਤੋਂ ਬਾਅਦ ਰਾਈਟ ਸਲਾਈਡ ਕਰਦੇ ਆ ਤੁਹਾਨੂੰ ਲਿਸਟ ਵਿੱਚ ਫੀਚਰ ਦੇਖਣ ਨੂੰ ਮਿਲ ਜਾਂਦੇ ਮਾਈ ਫਿਟਨੈਸ ਮਲਟੀ ਸਪੋਰਟਸ ਮਲਟੀ ਸਪੋਰਟ ਰਿਕਾਰਡ ਆ ਦੇਖੋ ਸਾਈਡ ਕਰਾਉਂਡ ਵਰਕ ਕਰ ਰਿਹਾ थोड़ा ज्यादा इस क्राउन से स्पीड फास्ट है पर अच्छी है तो हम इतों ट्राई करते हैं देखो पहले सब तो पहले माई फिटनेस मल्टी स्पोर्ट्स मल्टी स्पोर्ट्स रिकॉर्ड स्लीपिंग हार्ट रेट एस पी ओ टू एस पी ओ टू तो बाद स्ट्रेस मोनीटरिंग बॉन्ड ए आई वॉइस गेम्स म्यूजिक कैमरा ब्रीथ वेदर अलार्म स्टोववॉज टाइमर फोन फाइंडिंग फ्लैश लाइट से नोटिफिकेशन लास्ट में कैलकुलेटर से सैटिंग सब तो पहले असं कैलकुलेटर से जाने कैलकुलेटर से दो प्लस दो जीरो पॉइंट दो जीरो पॉइंट तीन जीरो पॉइंट पांच हो गया मतलब ठीक है इस बार नोटिफिकेशन दैन आद फ्लैश लाइट फोन फाइंडिंग दैन टाइमर फीचर है देखो ट थोड़ी ज़्यादा फास्ट है यदि टच टाइमर फीचर इतों की ऑन करता ऑफ करता रीसैट करता बाहर आ गया टाइमर तो बाद आ गया स्टोव वॉच स्टार्ट लैप्स स्टॉप रीसैट अलार्म इतों तुझी दस अलार्म ऐड कर सकते हो दैन आदा वेदर फीचर कनैक्टिविटी प्रॉपर होने तो बाद ही वेदर फीचर शो करेगा ब्रिज इनहेल एक्सेल तुम इतों की कर सकते हो गोवाया देखो इनहेल ਯਾਨੀ ਇਹਨੂੰ ਕਹਿੰਦੇ ਆ ਸਾਹ ਲੈਣਾ ਤੇ ਛੱਡਣਾ ਐਕਸਰਸਾਈਜ਼ ਨੂੰ ਬੰਦ ਕਰਦੇ ਨੇ ਦੈਨ ਆਂਦਾ ਬ੍ਰੀਥ ਟੂ ਬਾਕ ਕੈਮਰਾ ਫੀਚਰ ਦੇਖੋ ਫਾਸਟ ਬਹੁਤ ਜ਼ਿਆਦਾ ਹੈ ਬਹੁਤ ਕੈਮਰਾ ਫੀਚਰ ਤੋਂ ਬਾਅਦ ਆ ਗਿਆ ਮਿਊਜ਼ਿਕ ਕਿੱਥੋਂ ਦੀ ਮਿਊਜ਼ਿਕ ਪਲੇ ਕਰਾਂਗੇ ਪਰ ਹੁਣ ਨਹੀਂ ਕਰਨਾ ਕਿਉਂਕਿ ਮੇਰੇ ਫੋਨ ਨੇ ਕਨੈਕਟਡ ਹੈ ਗੇਮ ਦੇ ਗੇਮ ਦੇ ਵਿੱਚ ਤੁਹਾਨੂੰ ਚਾਰ ਗੇਮ ਦੇਖਣ ਨੂੰ ਮਿਲ ਜਾਂਦੀ ਹੈ ਇੱਥੇ ਮੇਰੀ ਇਸ ਜਿਹੜੀ ਫੇਵਰਿਟ ਗੇਮ ਹੈ ਉਹ ਰੇਸਿੰਗ ਹੈ ਨਿੱਕੀ ਹੁੰਦੇ ਖੇਡਦਾ ਹੂੰ ਵੀ ਖੇਡ ਲੈਂਦਾ ਚਲੋ ਬਾਹਰ ਆ ਜਾਨੇ ਗੇਮ ਤੋਂ ਜਿਕਸਾ ਬਦਲ 2048 ਡਿਸਕਲਰੇਸ਼ਨ ਐਦਾਂ ਦੀ ਹੈ ਗੇਮ 204 ਬੋ ਬੇਕਾਰ ਹਮੇਂ ਰਣਮਾਨ ਕਰਦਾਨੂ ਦੈਨ ਆ ਦਾ AI ਵੋਇਸ AI ਵੋਇਸ ਸਤੋ ਦੀ ਬੋਲਾਂਗੇ ਟੈਪ ਟੂ ਸਪੀਕ ਕਰਾਂਗੇ ਤੇ ਜੋ ਵੀ ਕਮਾਂਡ ਦਵਾਂਗੇ ਫੋਨ ਦੇ ਚੋ ਕਮਾਂਡ ਜਾਏਗੀ ਮੈਂ ਮੇਰੇ ਫੋਨ ਨਾਲ ਹੀ ਕਨੈਕਟਡ ਮੈਂ ਨਹੀਂ ਕਮਾਂਡ ਦੇਣੀ ਵਾਓ ਦੈਨ ਫੋਨ ਫੀਚਰ ਇੱਥੋਂ ਕਾਲ ਕਰ ਸਕਦੇ ਹੋ ਇਸ ਤੋਂ ਬਾਅਦ ਸਟ्रेस ਮੋਨੀਟਰਿੰਗ ਹੈ ਇਹ ਫੀਚਰ ਨੂੰ ਓਨ ਕਰਨਾ ਪੈਂਦਾ ਐਸ ਪੀਓ 2 ਐਸ ਪੀਓ 2 ਇੱਥੋਂ ਦੀ ਮੀਅਰਮੈਂਟ ਕੀਤਾ ਜਾ ਸਕਦਾ ਯਾਨੀ ਕਿ ਬੋਡੀ ਚ ਆਕਸੀਜਨ ਲੈਵਲ ਕਿੰਨਾ ਹੈ ਹਾਰਟ ਰੇਟ ਇੱਥੋਂ ਦੀ स्लीपिंग मॉनिटर वियर अप ਕਰਨ ਤੋਂ ਬਾਅਦ ਪਰ ਮੈਂ ਕੁ ਕਮ ਆਹੀ ਕਹਾਂਗਾ ਕਿ ਵੇਅਰ ਅਪ ਨਾ ਹੀ ਕਰੋ ਤਾਂ ਬੈਟਰ ਹੈ ডিসਪਲੇ ਬ੍ਰੇਕ ਹੋਣ ਦੇ ਚਾਂਸ ਹੈ ਮਲਟੀ სპੋਰਟ ਰਿਕਾਰਡ ਤੇ ਤੁਹਾਨੂੰ ਜਿਹੜੇ ਤੁਸੀਂ ਮਲਟੀ სპੋਰਟ ਐਕਟੀਵिटीज ਕੀਤੀ ਹੁੰਦੀਆਂ ਉਹਦੇ ਰਿਕਾਰਡ ਸ਼ੋਹਨਦੇ ਦਿਨਾਂ ਦਾ ਮਲਟੀ სპੋਰਟ ਆ ਦੇਖੋ ਤੁਹਾਨੂੰ ਇਹਦੀ ईओडी ਦੀ ਜੋ ਡਿਜੀਟਲ ਲੁੱਕ ਹੈ ਕਿੰਨੀ ਦੀ ਦੇਖਣ ਨੂੰ ਮਿਲਦੀ ਹੈ ਕਾਫੀ ਬ੍ਰਾਈਟਨੈਸ ਸ਼ਾਰਪਨੈਸ ਦੇਖਣ ਨੂੰ ਮਿਲ ਜਾਂਦੀ ਹੈ ਥੈਨ ਮਲਟੀ სპੋਰਟ ਤੇ ਜਾਂਦੇ ਹਾਂ ਇੰਡੋਰ ਐਕਟੀਵਿਟੀਜ਼ ਆਊਟਡੋਰ ਐਕਟੀਵਿਟੀਜ਼ ਰਨਿੰਗ ਸਕਿਪਿੰਗ ਫ੍ਰੀ ਟ੍ਰੇਨਿੰਗ ਟੇਬਲ ਟੈਨਿਸ ਕਾਫੀ ਕੁਝ ਦੇਖਣ ਨੂੰ ਮਿਲ ਜਾਂਦਾ ਹੈ। ਦਨਾਂ ਦਾ ਮਾਈ ਫਿਟਨੈਸ ਜੇ ਮਾਈ ਫਿਟਨੈਸ ਜੇ ਤੁਹਾਨੂੰ ਸਟੈਪ ਕਾਊਂਟ ਕੈਲਰੀਸ ਤੇ ਕਿਲੋਮੀਟਰ ਦੀ ਇਨਫੋਰਮੇਸ਼ਨ ਦੇਖਣ ਨੂੰ ਮਿਲਦੀ ਹੈ। ਹੁਣ ਇਸ ਸਾਈਡ ਬਟਨ ਦਾ ਜੋ ਵਾਕਿੰਗ ਹੈ ਉਹ ਦੇਖ ਲੈਣੇ ਆ ਜਿਹੜਾ ਥੱਲੇ ਵਾਲਾ ਸਾਈਡ ਬਟਨ ਹੈ ਇਹਦੇ ਨਾਲ ਤੁਸੀਂ ਸਿੱਧਾ ਐਕਸਰਸਾਈਜ਼ ਮੋਡ 'ਚ ਜਾ ਸਕਦੇ ਹੋ। ਦਨ ਇਸ ਬਟਨ ਨਾਲ ਤੁਸੀਂ ਸਿੱਧਾ ਡਾਇਰੈਕਟ ਲੌਕ ਕਰ ਸਕਦੇ ਹੋ ਵਾਚ ਨੂੰ। ਡਾਇਰੈਕਟ ਲੌਕ ਤੋਂ ਬਾਅਦ ਇਹ ਉਹ ਹੀ ਨਾਲ ਹੀ ਐਕਟੀਵੇਟ ਹੋ ਗਿਆ। ਉਹ ਕਾਫੀ वॉच से भी लुक काफ़ी अच्छी है वेयर अप करके भी देखने हैं तो लिफ्ट टू व्यू जो फीचर है वो भी टेस्ट करके देख लेने हैं तो ये देख सकते हो ई डी एक्टिवेट है तो मैं लिफ्ट व्यू कर रहा लिफ्ट व्यू के ना ही प्रोपरली वर्किंग कर दी हुई है तो ई डी ना ही डिसएक्टिवेट हो जाता है फिर जिन्हें सैकेंड का टाइम्स लाया होंगे उन्हें ऑलरेडी एक्टिवेट हो जाएगा ईओडी इसका मतलब है कि लिफ्ट टू व्यू ए प्रोपरली वर्कआउट करता है कई वॉच ਲਿਫਟ ਟੂ ਵੀਊ ਫੀਚਰਸ AOD ਦੇ ਨਾਲ ਵਰਕ ਆਊਟ ਨਹੀਂ ਕਰਦਾ ਪਰ ਇਸ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਵੇਅਰ ਅਪ ਕੀਤੀ ਵੀ ਕਾਫੀ ਅੱਛੀ ਲੁੱਕ ਦੇਖਣ ਨੂੰ ਮਿਲਦੀ ਹੈ ਇੱਕ ਕਿਸਮ ਦੀ ਕਿਉਰਿਓਸਟੀ ਕਿ ਲੇਡੀਜ਼ ਇਹਨੂੰ ਵੇਅਰ ਅਪ ਕਰ ਸਕਦੀ ਹੈ ਕਿ ਨਹੀਂ ਤੇ ਜਦੋਂ ਦੇਖੋ ਯੂਨੀਸੈਕਸ ਵਾਚਸ ਹੈ ਹੱਥ ਪਾੜਾ ਹੋਏ ਪਤਲਾ ਹੋਏ ਅੱਜਕੱਲ ਕੋਈ ਨਹੀਂ ਦੇਖਦਾ ਕਿ ਮੇਰੇ ਹੱਥ ਦੇ ਜਿਆਦਾ ਵੱਡੇ ਤਾਂ ਨਹੀਂ ਲੱਗ ਰਹੇ ਮਸਾਬਾ ਕਾ ਸੋਹਣੀ ਲੱਗਦੀ ਹੈ ਕਿ ਨਹੀਂ 스마트 ਵਾਚ ਤੇ ਲੋਕ ਇਹਨਾਂ ਚੀਜ਼ਾਂ ਨੂੰ ਜਿਆਦਾ ਫੋਲੋਅ ਅਪ ਕਰਦੇ ਆ ਤਾਂ ਉਸ ਕੋਰਡੀਨਗਲੀ ਵੀ ਵੇਖਿਆ ਜਾਏ ਤੇ ਕੜੀ ਬਹੁਤ ਹੀ ਅੱਛੀ ਹੈ ਭਾਵੇਂ ਲੇਡੀਜ਼ ਪਾਏ ਪੈਂਟਸ ਪਾਏ greatful lookian ਨਾਲੇ ਸਭ ਤੋਂ ਵੱਡੀ ਚੀਜ਼ ਹੈ ਕਿ ਅਰੀ ਸ਼ਾਰਪਨੈਸ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਔਰ aod ਫੀਚਰ ਜਿਹੜਾ ਹੈ ਦਾ ਕਾਫੀ ਦੇਖਣ ਨੂੰ ਮਿਲ ਜਾਂਦਾ ਹੈ ਕਾਫੀ ਐਕਟਿਵ aod ਫੀਚਰਸ ਹੈ ਤੇ ਕਾਫੀ ਬ੍ਰਾਈਟਨੈਸ ਉਹਦੇ ਚ ਦੇਖਣ ਨੂੰ ਮਿਲਦੀ ਹੈ ਤੇ ਟਾਈਮ ਬਹੁਤ ਹੋ ਗਿਆ ਹੁਣ ਅਸੀਂ ਕਰਦੇ ਹਾਂ ਫਰਮਵੇਅਰ ਨੂੰ ਅਪਡੇਟ ਜਲਦੀ ਤੋਂ ਜਲਦੀ ਤਾਂ ਕਿ ਬਾਕੀ ਵੀ ਟੈਸਟਿੰਗ ਹੋ ਸਕੇ ਤੇ ਮੈਂ ਅਪਡਾਟ ਨਾਉ ਕਰ ਦਿੰਦਾ ਅਪਡੇਟ ਨਾਉ ਕੀਤਾ ਤੇ ਕੁਝ ਸਕਿੰਟਾਂ ਬਾਅਦ ਹੀ ਤੁਹਾਨੂੰ ਫਰਮਵੇਅਰ ਅਪਡੇਸ਼ਨ ਪ੍ਰੋਸੈਸ ਰਨਿੰਗ ਦੇਖਣ ਨੂੰ ਮਿਲ ਜੇਗਾ ਵਾਚ ਦੇ ਉੱਪਰ ਵੀ ਤੇ ਮੋਬਾਈਲ ਦੇ ਉੱਪਰ ਵੀ ਅਲਮੋਸਟ ਟੂ ਕੰਪਲੀਟ ਹੋ ਚੁਕੀ ਹੈ ਇਸ ਤੋਂ ਬਾਅਦ ਤੁਹਾਡੀ ਵਾਚ ਹੋਏਗੀ ਰੀਸਟਾਰਟ ਤੇ ਉਸ ਤੋਂ ਬਾਅਦ ਦੁਬਾਰਾ ਤੁਸੀਂ ਇੱਕ ਵਾਰੀ ਫਰਮਵੇਅਰ ਅਪਡੇਟ ਚੈੱਕ ਕਰੇਗਾ ਕਿ ਹੈ ਕੋਈ ਪੈਂਡਿੰਗ ਤਾਂ ਨਹੀਂ ਨਹੀਂ ਤੇ ਨੇਕਟ ਹੋ ਜਾਏਗਾ ਤੇ ਮੈਂ ਤੁਹਾਨੂੰ ਇੱਕ ਵਾਰ ਦੱਸ ਸਕਣਾ ਕਿ 35% ਤੋਂ ਉੱਪਰ ਹੀ ਬੈਟਰੀ ਰੱਖਿਓ ਫਿਰ ਇਹਨੂੰ ਫਰਮਵੇਅਰ ਅਪਡੇਟ ਕਰਨ ਦਾ ਫਾਇਦਾ ਪਲੱਸ ਦੂਸਰਾ ਇਹ ਕਿ ਤੁਸੀਂ ਜਿਹੜੀ ਫੋਨ ਆਪਣਾ ਵਾਚ ਹੈ ਉਹਨੂੰ ਡੇਢ ਘੰਟਾ ਚਾਰਜ ਕਰਨਾ ਤੇ 5 ਤੋਂ 6 ਦਿਨ ਦਾ ਇਹ ਬੈਟਰੀ ਬੈਕਅਪ ਹੈ ایਓਡੀ ਦੇ ਨਾਲ ਡੇਢ ਦਿਨ ਦਾ ਤੇ ਉਦਾਂ ਹੀ ਜਦ ਅਸੀਂ ਯੂਜ਼ ਕਰਦੇ ਹਾਂ ਵਿਦਆਊਟ ਕਾਲਿੰਗ 5 ਤੋਂ 7 ਦਿਨ विद कॉलिंग तीन टू प चार दिन का वो तो एक बार फिर तो कंफर्म टू पेयर आया मैं करता इस तो बाद अपनी तो इन्फोरमेन भर देनी नेम जेंडर डेट ऑफ बर्थ हाइट वेट आवरस किन्ने है एक्टिविटीज एक्टिविटीज सारी इनफोरमेस स्किप कर देने वेदर परमिशन अलो करना है ताकि वोच के भी वेदर परमिशन विजिबल हो जाए दी तो फास्ट ट्रैक नो ओ, दो परसेंट बैटरी है अलो करता दैन क्विक रिप्लाई परमिट अलो इतों तुम्हें तो कस्टम वॉचफेस जाना सैकेंड लास वॉचफेस का फीचर इतों तुम तो वॉलपेपर जोड़ा मर्जी लाना चाहो लगा सद सैटिंग से अच्छी जाने उन्नी देर अपडेट सिटी अलाओ नोटिफिकेसन एक्सैस अलाओ फासग स्मार्ट अलाओ कर देने फोन एक्सैस अलाओ अलो अलो, अलो।, अलो। सारा अलाओ करता है जे तुम इतने टर्न ऑन नोटिफिकेशन आएगा तुम्हें उत्तें क्लिक कर देना इधर अपने आप जो एक्टिवेट हूँ अपने आप हो जाएगा दैन अस इतने हेल्थेज जाने इतों की तुम चेक कर लेना कि आउट ऑफ स्ट्रैस इनेबल्ड हो गया कि नहीं हो गया जनरल इन्फॉर्मेसन बैटरी ऑप्टिमाइजेशन जो डिसेबल नहीं की थी, कर सकते हो तो, तो इस इसत सैटिंग माई वॉच जाओगे तो फेवरेट कॉन्टैक्ट्स आएगा तो फिफ्टी फेवरेट कॉन्टैक्ट्स ऐड कर सकते हो लिफ्ट टू व्यू इनेबल्ड होंगे क्विक राइट रिपलाई इनेबल्ड होंगे फाइंड यो वॉच इतों की तुझे सर्च कर सकते हो वॉच उत्ते आएगा फाइंडिंग वॉच तो ना ही म्यूजिक एक प्ले होएगा हैंग वाइबरेट भी, भी करेगी वेदर चेक कर लो ਮਿਊਜ਼ਿਕ ਚ ਚੱਕ ਲਓ ਬਲੂਟੁੱਥ ਕਾਲਿੰਗ ਇਨੇਬਲਡ ਯਾਨੀ ਆਫ ਵੀ ਚੈੱਕ ਕਰ ਲਿਓ ਆਈਦਰ ਇੱਥੇ ਇਨੇਬਲ ਕਰ ਲਿਓ ਤੇ ਇਹ ਸਾਰੇ ਇਹਦੇ ਚੋ ਤੁਸੀਂ ਕਰ ਸਕਦੇ ਹੋ ਇਸ ਤੋਂ ਬਾਅਦ ਅਸੀਂ ਆਨੇ ਆ ਵਾਚ ਫੇਸ ਵਿੱਚ ਵਾਚ ਫੇਸ ਵਿੱਚ ਤੇ ਤੁਸੀਂ ਕੋਈ ਵੀ ਵਾਚ ਫੇਸ ਸਿਲੈਕਟ ਕਰ ਸਕਦੇ ਜਿਹੜਾ ਤੁਹਾਨੂੰ ਖੂਬਸੂਰਤ ਲੱਗ ਰਿਹਾ ਹੈ ਬੰਦਾ ਵੀ ਜਾਣਿਆ ਪਹਿਚਾਨਿਆ ਤੁਹਾਨੂੰ ਪਤਾ ਹੈ ਤਾਂ ਮੈਨੂੰ ਜਰੂਰ ਦੱਸਿਓ ਕੌਣ ਅ ਅਸੀਂ ਇਹਦਾ ਵਾਚ ਫੇਸ ਅਸੀਂ ਇੰਸਟਾਲ ਕਰ ਲੈਨੇ ਹਾਂ ਕੁ ਸੈਕਿੰਡ ਚ ਵਾਚ ਫੇਸ ਇੰਸਟੋਲਡ ਹੋ ਜਾਏਗਾ ਆ ਦੇਖੋ ਵਾਚ ਫੇਸ ਇੰਸਟਾਲਡ ਹੋ ਗਿਆ ਔਰ ਟੋਗਲ ਓਨ ਤੋਂ ਬਾਅਦ ਇਹਦੀ ਲੁੱਕ ਕਾਫੀ ਅੱਛੀ ਦੇਖਣ ਨੂੰ ਮਿਲ ਜਾਂਦੀ ਹੈ। ਬਾਕੀ ਇਹਦਾ ਸਾਈਡ ਕਰਾਉਨ ਵਰਕਿੰਗ ਕਰਦਾ ਹੈ ਜਾਂ ਨਹੀਂ ਉਹ ਤੁਹਾਨੂੰ ਬਾਹਰੋਂ ਇਹਦੇ ਚ ਨਹੀਂ ਚੈੱਕ ਹੁੰਦਾ। ਉਹ ਜਿਸ ਮੈਂ ਤੁਹਾਨੂੰ ਪਹਿਲੇ ਦੱਸਤਾ ਸੀ। ਆ ਦੇਖੋ। ਵਾਚ ਫੇਸ ਲਈ ਨਹੀਂ ਹੈ ਵਰਕ ਆਊਟ ਕਰਦਾ। ਬਾਕੀ ਉਹਨੇ ਮੈਨੂੰ ਇੱਕ ਮੈਸੇਜ ਆਇਆ ਮੈਂ ਤੁਹਾਨੂੰ ਮੈਸੇਜ ਦੀ ਵੀ ਲੁੱਕ ਦਿਖਾ ਦੇਣਾ ਇਹਦੇ ਚ ਕਿੱਦਾਂ ਦੇਖਣ ਨੂੰ ਮਿਲਦੀ ਹੈ। ਲਾਸਟ ਬਟ ਲਿਸਟ ਕਸਟਮ ਵਾਚ ਫੇਸ ਇੱਥੇ ਤੁਸੀਂ ਪਿਕ ਤੋਂ ਕਲਿੱਕ ਕਰਕੇ ਪਿਕ ਵੀ ਲੈ ਸਕਦੇ ਹੋ। आ इधर टूज फ्रॉम लाइब्रेरी जाओगे जोड़ी फोटो में सिलेक्ट करोगे सोनी जी करने कोई ज गोलू आया आएगा गोलू के नी फोटो सिलेक्ट कर लाने नैट किया नैक्सट इंस्टॉल ऑन वॉच कुछ सैकेंड से वॉच फेस वॉच के उ हो जाएगा प्रोसेस तो ये सारा प्रोसैस है वॉच फीचर्स का और का और इंटरनल बाकी फीचर का ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਏ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਤੇ ਆ ਦੇਖੋ ਵਾਚ ਫੇਸ ਇੰਸਟੋਲ ਹੋ ਗਿਆ ਟੋਲੋਂ ਤੋਂ ਬਾਅਦ ਇਹਦੀ ਲੁੱਕ ਤੁਹਾਡੇ ਰੂਪ ਰੂਪ ਹੈ ਕਾਫੀ ਅੱਛੀ ਦੇਖਣ ਨੂੰ ਮਿਲ ਜਾਂਦੀ ਹੈ ਤੇ ਇਹ ਪ੍ਰੋਸੈਸ ਦੇ ਨਾਲ ਤੁਸੀਂ ਵਾਚ ਫੇਸ ਚੇਂਜ ਕਰ ਸਕਦੇ ਹੋ ਬਾਕੀ ਸਾਰੀ ਮੈਂ ਗਾਈਡੈਂਸ ਦੇ ਦਿੱਤੀ ਹੈ ਤੁਹਾਨੂੰ ਬਲੂਟੂਥ ਕਾਲਿੰਗ ਹੈ 22mm ਦਾ ਸਟ੍ਰੈਪ ਸਾਈਜ਼ ਹੈ IP68 ਵਾਟਰ ਰੈਸਟੈਂਟ ਹੈ AOD ਫੀਚਰ ਦੇ ਨਾਲ ਤੇ ਪਲਾਸਟਿਕ ਦੇ ਕੇਸ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲਦਾ ਇਹਦੇ ਨਾਲ ਤੁਸੀਂ ਚੇਨ ਵੀ ਅਟੈਚ ਕਰ ਸਕਦੇ ਹੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਕਲੀਅਰ ਆਊਟ ਕਰ ਦਾਂ ਸ਼ੇ ਨਗਰ ਅਟੈਚ ਕੀ ਤੱਕ ਕਿਸ ਡੈਮੇਜ ਹੋਣ ਦੇ ਚਾਂਸਸ ਬਾਤ ਜਾਣਗੇ ਅੱਜ ਦੇ ਲਈ ਇਹਨੇ ਧੰਨਵਾਦ ਜੈ ਸ਼੍ਰੀ ਰਾਮ ਜੈ ਭਾਰਤ ਲਾਈਕ ਸ਼ੇਅਰ ਕਰਨਾ